ਕਹਾਂ ਜੇ ਸਾਡਾ ਯੂਥ ਸਬਰ ਦੇ ਨਾਲ ਜਬਰ ਦਾ ਮੁਕਾਬਲਾ ਕਰ ਰਿਹਾ ਹੈ। ਅਸੀਂ ਲਗਾਤਾਰ ਆਪਦੇ ਪਰਿਵਾਰ ਦੇ ਵਿੱਚ ਹਾਂ, ਕਿਉਂਕਿ ਸਾਨੂੰ ਵੱਡੀ ਚਿੰਤਾ ਇਹ ਹੁੰਦੀ ਹੈ ਜਦੋਂ ਅਜਿਹੇ ਹਾਲਾਤ ਬਣਦੇ ਨੇ ਕਿ ਅਸੀਂ ਇੱਕ ਪਰਿਵਾਰ ਹਾਂ, ਅਸੀਂ ਉਹਦੇ ਵਿੱਚ ਬੈਠ ਕੇ ਇਸ ਸਾਰੀ ਸਿਚੁਏਸ਼ਨ ਨੂੰ ਵਾਚ ਰਹੇ ਹਾਂ। ਇੱਕ ਗੱਲ ਜ਼ਰੂਰ ਹੈ ਕਿ ਜੋ ਜਿਸ ਤਰ੍ਹਾਂ ਦਾ ਮਤਲਬ ਵਰਤਾਰਾ ਹੋ ਰਿਹਾ ਹੈ, ਇਹ ਸਪਸ਼ਟ ਕੀਤਾ ਜਾ ਰਿਹਾ ਸਰਕਾਰ ਵੱਲੋਂ ਕਿ ਇੱਥੇ ਲੋਕਤੰਤਰ ਨਹੀਂ ਰਿਹਾ, ਇੱਥੇ ਡਿਕਟੇਟਰਸ਼ਿਪ ਹੋ ਚੁੱਕਿਆ ਹੈ। ਲੋਕਤੰਤਰ ਦੇ ਵਿੱਚ ਤਾਂ ਲੋਕਾਂ ਨੂੰ ਆਪਣੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਦਾ ਅਧਿਕਾਰ ਹੈ, ਔਰ ਅਸੀਂ ਜਿਹੜੀ ਆਵਾਜ਼ ਸਰਕਾਰ ਤੱਕ ਪਹੁੰਚਾਉਣਾ ਚਾਹੁੰਦੇ ਸੀ ਉਹ ਇਹ ਹੈ ਕਿ ਸਰਕਾਰ ਨੇ ਸਾਡੇ ਨਾਲ ਕਮਿਟਮੈਂਟ ਕੀਤੀਆਂ ਨੇ, ਉਹਨਾਂ ਕਮਿਟਮੈਂਟਸ ਦੇ ਉੱਤੇ ਵੀ ਜੇ ਸਰਕਾਰ ਸਾਡੀ ਗੱਲ ਨਾ ਸੁਣੀ ਤਾਂ ਇਹਦਾ ਮਤਲਬ ਲੋਕਾਂ ਨੂੰ ਗੁੱਸਾ ਆਉਣਾ ਹੋਰ ਸੁਭਾਵਿਕ ਹੈ। ਕਿਉਂ ਵਾਇਦਾ ਕੀਤਾ ਕਿ ਵੋਟਾਂ ਪਾਓ, ਡਾਕਟਰ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰ ਦਿਆਂਗੇ, ਨਹੀਂ ਪਾਈਆਂ, ਲੋਕਾਂ ਨੇ ਵੋਟਾਂ ਪਾ ਦੀਆਂ, ਰਿਪੋਰਟ ਲਾਗੂ ਨਹੀਂ ਕੀਤੀ ਕਿ ਗੁੱਸਾ ਨਹੀਂ ਆਏਗਾ। ਵਾਇਦਾ ਕੀਤਾ ਕਿ ਤੁਹਾਡਾ ਕਰਜ਼ ਮਾਫ ਕਰਾਂਗੇ ਔਰ ਵੋਟਾਂ ਲੈਣੀਆਂ, ਨਹੀਂ ਕੀਤਾ। ਅੰਦੋਲਨ ਦੇ ਦੌਰਾਨ ਵਾਇਦਾ ਕੀਤਾ ਕਿ ਅਸੀਂ ਤੁਹਾਨੂੰ MSP ਦੀ ਗਰੰਟੀ ਦਾ ਕਾਨੂੰਨ ਦੇਵਾਂਗੇ। ਚੋਣਾਂ ਦੌਰਾਨ ਇਹ ਵੀ ਵਾਇਦਾ ਕੀਤਾ ਕਿ WTO 'ਚੋਂ ਭਾਰਤ ਬਾਹਰ ਆਏਗਾ। ਸਭ ਪਾਸੇ ਤੋਂ ਸਰਕਾਰ ਪੱਲਾ ਝੜ ਗਈ। ਹੁਣ ਗੱਲਬਾਤ ਲਈ ਕੇਂਦਰ ਨੇ ਬੁਲਾਇਆ, ਕਿਉਂਕਿ ਕੇਂਦਰ ਵੱਲੋਂ ਕਿਹਾ ਜਾ ਰਿਹਾ ਸੀ ਗੱਲਬਾਤ ਕਰਨ ਲਈ ਤਿਆਰ ਆ, ਇਸ ਤਰੀਕੇ ਦਾ ਮਾਹੌਲ ਨਾ ਬਣਾਇਆ ਜਾਵੇ। ਹਰਿਆਣਾ ਦੇ CM ਵੀ ਇਸ ਗੱਲ ਦੀ ਜ਼ਿਕਰ ਕਰ ਰਹੇ ਹੈ ਕਿ ਅਜਿਹਾ ਨਾ ਹੋਵੇ ਕਿ ਹਾਲਾਤ ਖਰਾਬ ਹੋਣ। ਹਰਿਆਣਾ ਦੇ CM ਦੀ ਸਟੇਟਮੈਂਟ ਜਿਹੜੀ ਤੁਸੀਂ ਸੁਣੀ ਹੋਣੀ, ਹੁਣ ਹਰਿਆਣੇ ਦੇ CM ਨੂੰ ਇਹ ਪਤਾ ਲੱਗਣਾ ਚਾਹੀਦਾ ਕਿ ਹਾਲਾਤ ਕਿਹਦੇ ਵੱਲੋਂ ਖਰਾਬ ਨੇ, ਕੀ ਕਿਸਾਨਾਂ ਵੱਲੋਂ ਜਾਂ ਸਰਕਾਰ ਵੱਲੋਂ, ਹਰਿਆਣੇ ਦੇ CM ਵੱਲੋਂ। ਕਿਸਾਨਾਂ ਦੇ ਉੱਤੇ ਮੈਂ ਤੈਨੂੰ ਫਿਰ ਬੇਨਤੀ ਕਰਾਂ ਕਿ ਅਸੀਂ ਕੱਲ੍ਹ ਸਵੇਰ ਤੋਂ ਲੈ ਕੇ ਲਗਾਤਾਰ ਸਵੇਰ ਤੋਂ ਇਹ ਚੱਲ ਰਹੇ ਹਾਂ, ਔਰ ਇਹ ਚੱਲ ਰਹੇ ਹਾਂ ਤੇ ਕਿਸੇ ਦੇ ਅੱਗੇ ਪੱਥਰ ਨਹੀਂ ਮਾਰਿਆ। ਸਾਡੇ ਲਗਭਗ 60 ਦੇ ਕਰੀਬ ਨੌਜਵਾਨ ਜ਼ਖਮੀ ਹੋ ਚੁੱਕੇ ਨੇ ਇਹ ਤੋਂ ਪਹਿਲਾਂ, ਔਰ ਸਰਕਾਰ ਦੇ ਕੋਈ ਕੰਨ ਤੇ ਜੂ ਨਹੀਂ ਸਰਕ ਰਹੀ। ਇਹਦਾ ਮਤਲਬ ਮਾਹੌਲ ਕੌਣ ਖਰਾਬ ਕਰ ਰਿਹਾ ਹੈ? ਅਗਰ ਇੱਥੇ ਕਿਸੇ ਮੁੰਡੇ ਦੀ ਜਾਨੀ ਨੁਕਸਾਨ ਹੋ ਜਾਂਦਾ ਹੈ ਤਾਂ ਫਿਰ ਮਾਹੌਲ ਕੌਣ ਖਰਾਬ ਕਰ ਰਿਹਾ ਹੈ? ਅਸੀਂ ਕਰ ਰਹੇ ਹਾਂ ਜਾਂ ਖੱਟਰ ਕਰ ਰਿਹਾ ਹੈ? ਉਹਨੂੰ ਆਪਦੇ ਬਿਆਨ ਦੇਣ ਤੋਂ ਪਹਿਲਾਂ 1000 ਵਾਰੀ ਸੋਚਣਾ ਚਾਹੀਦਾ ਸੀ। ਸ਼ਰਮ ਕਰਨੀ ਚਾਹੀਦੀ ਹੈ ਕਿ ਮਾਹੌਲ ਤੁਸੀਂ ਖਰਾਬ ਕਰੋ ਤੇ ਕਹੋ ਲੋਕਾਂ ਨੂੰ। ਹਰਿਆਣਾ ਸਰਕਾਰ ਜਿਸ ਤਰੀਕੇ ਨਾਲ ਜੋ ਕੁਛ ਹੋ ਰਿਹਾ ਸਵੇਰ ਤੋਂ, ਹੁਣ ਅਗਲਾ ਸਟੈਪ ਤੁਹਾਡਾ ਕੀ ਰਹੇਗਾ? ਇੱਥੇ ਬੈਠ ਕੇ ਮੋਰਚਾ ਲਗਾਓਗੇ ਜਾਂ ਅੱਗੇ ਕੂਚ ਕਰਨ ਦੀ ਤਿਆਰੀ ਜੋ ਲਗਾਤਾਰ ਕੀਤੀ ਜਾ ਰਹੀ ਹੈ ਉਹ ਕੀਤੀ ਜਾਏਗੀ? ਤਿਆਰੀ ਸਾਡੀ ਲਗਾਤਾਰ ਜਾਰੀ ਹੈ। ਬੈਰੀਕੇਡਿੰਗ ਲਾ ਕੇ ਜਿਹੜੀ ਲਾ ਕੇ ਰੋਕਿਆ ਗਿਆ ਉਹਨੂੰ ਅਸੀਂ ਆਹਿਸਤਾ ਆਹਿਸਤਾ ਸਾਰੀ ਦੀ ਸਾਰੀ ਬੈਰੀਕੇਡਿੰਗ ਨੂੰ ਖੋਲਾਂਗੇ। ਖੋਲਣ ਤੋਂ ਬਾਅਦ ਅਸੀਂ ਫਿਰ ਅੱਗੇ ਮਤਲਬ ਕੂਚ ਕਰਾਂਗੇ। ਯਾਨੀ ਕਿ ਤੁਸੀਂ ਕਹਿ ਰਹੇ ਹੋ ਕਿ ਇੱਥੇ ਨਹੀਂ ਬੈਠਣਾ, ਅੱਗੇ ਕੂਚ ਕਰਨਾ ਵਾ? ਇਹ ਦੇਖੋ, ਅਸੀਂ ਚੱਲੇ ਦਿੱਲੀ ਨੂੰ ਹੈ, ਅਸੀਂ ਦਿੱਲੀ ਨੂੰ ਚੱਲੇ ਹਾਂ। ਹਾਂ, ਇੱਕ ਗੱਲ ਜ਼ਰੂਰ ਹੈ, ਇਹ ਅਸੀਂ ਜ਼ਰੂਰ ਦੇਖਾਂਗੇ ਕਿ ਸਾਨੂੰ ਮੋਦੀ ਦੀ ਕਬਰ ਕਿੱਥੇ ਬੈਠਿਆਂ ਖੋਦੀ ਜਾਂਦੀ ਹੈ। ਅਗਰ ਦਿੱਲੀ 'ਚ ਬਹਿ ਕੇ ਮੋਦੀ ਦੀ ਕਬਰ ਖੋਦੀ ਦੀ ਹੈ ਜਾਂ ਜਿਹੜੇ ਤਰੀਕੇ ਦੇ ਨਾਲ ਇੱਥੇ ਲੋਕਾਂ ਦੇ ਉੱਤੇ ਅੱਥਰੂ ਗਾਜ਼ ਸਿੱਟ ਰਿਹਾ ਹੈ, ਇਹਦੇ ਨਾਲ ਮੋਦੀ ਦੀ ਕਬਰ ਖੋਦੀ ਦੀ ਹੈ? ਜਿਹੜੇ ਤਰੀਕੇ ਨਾਲ ਸਾਨੂੰ ਪਤਾ ਲੱਗੂਗਾ ਕਿ ਮੋਦੀ ਦੀ ਕਬਰ ਖੋਦੀ ਜਾ ਰਹੀ ਹੈ, ਅਸੀਂ ਮਤਲਬ ਉਸੇ ਤਰੀਕੇ ਨਾਲ ਲੜਾਂਗੇ। ਹੁਣ ਦੂਸਰਾ ਵੀ ਇਹ ਕਿ ਲਗਾਤਾਰ ਜਿਸ ਤਰੀਕੇ ਨਾਲ ਹੰਝੂ ਗੈਸ ਦੇ ਗੋਲੇ ਛੱਡੇ ਗਏ, ਤੁਸੀਂ ਇਹ ਕਿਹਾ ਕਿ ਜ਼ਬਰ ਦਾ ਜਵਾਬ ਸਬਰ ਦੇ ਨਾਲ ਦੇਵਾਂਗੇ। ਦੇ ਹੀ ਰਹੇ ਨੇ ਸੁਬਹਾ ਤੋਂ ਲੈ ਕੇ ਸਾਡੇ ਨੌਜਵਾਨ ਦੇ ਰਹੇ ਨੇ, ਕਿਸੇ ਵੀ ਇੱਕ ਵੀ ਨੌਜਵਾਨ ਨੇ ਕਿਸੇ ਦੇ